ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟਡੀ ਵਿਦ ਜੋਬ ਅਲਰਟ ਤੇ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ 1 ਮਾਰਚ ਤੋਂ ਸਾਰੇ ਸਕੂਲਾਂ ਦਾ ਅੱਜ ਦੇ ਵਿੱਚ ਪ੍ਰਾਈਵੇਟ ਸਰਕਾਰੀ ਮਾਨਤਾ ਪ੍ਰਾਪਤ ਅਤੇ ਸਹਾਇਤਾ ਪ੍ਰਾਪਤ ਜਿਹੜੇ ਸਕੂਲ ਨੇ ਇਹਨਾਂ ਸਮਾਂ ਜਿਹੜਾ ਬਦਲ ਜਾਏਗਾ ਨਵੇਂ ਸਮੇਂ ਤੇ ਸਕੂਲ ਲੱਗੇਗਾ ਅਤੇ ਨਵੇਂ ਸਮੇਂ ਤੇ ਛੁੱਟੀ ਹੋਏਗੀ ਤਾਂ ਕਿਹੜੇ ਸਕੂਲ ਦਾ ਕਿਹੜਾ ਸਮਾਂ ਜਿਹੜਾ ਜਾਰੀ ਕੀਤਾ ਗਿਆ ਹੈ ਸਾਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਪੰਜਾਬ ਦੇ ਸਕੂਲਾਂ ਸਮਾਂ 1 ਮਾਰਚ ਤੋਂ ਜਿਹੜਾ ਬਦਲਣ ਜਾ ਰਿਹਾ ਸਿੱਖਿਆ ਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਿਆ ਹੈ ਇਹ ਹੁਕਮ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਸਹਾਇਤਾ ਪ੍ਰਾਪਤ ਅਤੇੜੇ ਬਾਨਤਾ ਪ੍ਰਾਪਤ ਸਕੂਲ ਨੇ ਇਹਨਾਂ ਤੇ ਲਾਗੂ ਹੋਣਗੇ ਤਾਂ ਵਿਭਾਗ ਦੇ ਅਨੁਸਾਰ 1 ਮਾਰਚ ਤੋਂ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਦਾ ਸਮਾਂ ਜਿਹੜਾ ਸਵੇਰੇ 8:30 ਵਜੇ ਤੋਂ ਲੈ ਕੇ 2:30 ਵਜੇ ਤੱਕ ਹੈ ਜਿਹੜਾ ਹੋਵੇਗਾ ਮਿਡਲ ਹਾਈ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8:30 ਤੋਂ ਦੁਪਹਿਰ 2:50 ਮਿੰਟ ਵਜੇ ਤੱਕ ਹੈ ਜਿਹੜਾ ਹੋਵੇਗਾ ਸਾਰੇ ਸਕੂਲਾਂ ਦਾ ਸਮਾਂਸਾਰਨੀ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਹੁਕਮ ਜਾਰੀ ਹੈ ਜਿਹੜੇ ਹੋ ਚੁੱਕੇ ਸੋ ਬਾਕੀ ਅੱਗੇ ਜੋ ਅਪਡੇਟਸ ਆਉਣਗੇ ਉਸ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਤੇ ਇਹਨਾਂ ਨਾਲ ਜੁੜੇ ਰਹੋ ਧੰਨਵਾਦ